complaint to the Central Vigilance Commission, New Delhi against MLA Santok Singh Bhalaipur of Legislative Assembly Mata Baba Bakala under Amritsar. Speaking in a press conference in his office today in response to Paramjeet's allegations, MLA Santok Singh Bhalaipur said that all the allegations made by a person named Paramjeet Singh Sitara were baseless and under the umbrella of a political leader of great stature went. He said that by trying to make star upon an attempt is being made to shock my political stature. But the general public is with me, the Sarpanch of Light, the Panch is with me. Giving clarification about the tal factory, she said that she is in partnership with her son's name and someone, and she is also running before I become an MLA. ਵੇਖੋ ਜੀ, ਨਾ ਉਹਦੇ ਨਾਲ ਮੇਰਾ ਕੋਈ ਦੇਣ ਲੈਣ, ਨਾ ਸਾਨੂੰ ਉਹਦੇ ਬਾਰੇ ਕੋਈ ਪਤਾ, ਨਾ ਕੋਈ ਗੱਲ ਉਹ 'ਤੇ ਸੁਣਿਆ ਹੀ ਆ ਕੱਲ੍ਹ ਪਰਸੋਂ ਵੀ ਆ ਸਤਾਰਾ, ਪਰ ਅੱਜ ਹੁਣ ਜਦੋਂ ਦੀ ਆ ਪਤਾ ਲੱਗਾ ਉਦੋਂ ਤਾਂ ਲੋਕਾਂ ਕੋਲ ਸੁਣ ਰਹੇ ਹਾਂ, ਇੱਥੇ ਆਮ ਲੋਕਾਂ ਕੋਲ ਵੀ, ਉਹ ਪ੍ਰੋਫੈਸ਼ਨਲ ਬੰਦਾ, ਉਹ ਕਈ ਬੰਦੇ ਸਾਡੇ ਬੰਦਿਆਂ ਨੇ ਉਹਦਾ ਰਿਕਾਰਡ ਵੀ ਪਿਛਲਾ ਕਢਾਉਣ ਦੇ ਵੀ, ਇਹਨੇ ਕਿੰਨਿਆਂ ਬੰਦਿਆਂ 'ਤੇ ਇਹ ਕੰਮ ਕੀਤਾ, ਮੇਰੇ ਹਿਸਾਬ ਨਾਲ 10-12 ਬੰਦਿਆਂ 'ਤੇ ਕੰਮ ਕਰਕੇ ਅਤੇ ਮੁੜ ਕੇ ਰਾਜ਼ੀਨਾਮਾ ਕੀਤਾ ਵਾ, ਜਿੱਦਾਂ ਕਰਦਾ ਹੁੰਦਾ ਉੱਦਾਂ, ਅਤੇ ਇਹ ਵੀ ਇਹੋ ਜਿਹੀ ਗੱਲ ਹੈ, ਅਤੇ ਲਾਲਚੀ ਬੰਦਾ ਹੈਗਾ, ਉਹ ਕ੍ਰਿਟੀਕਲ ਬੰਦਿਆਂ ਤਕੜਿਆਂ ਦੇ ਹੱਥ ਆ ਗਿਆ, ਉਹਦੇ ਕੋਲ ਜਿਹੜਾ ਵਾ ਇਹ ਕੰਮ ਕਰਾਉਣ ਦੀ ਗੱਲ ਕਰਨੀ। ਤੁਸੀਂ ਦੱਸਿਆ ਜਿਵੇਂ ਕਿ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਰਹੇ ਹਾਂ, ਕੀ ਪੋਸਟ ਆ? ਉਹ ਹੀ ਪੋਸਟ ਆ ਜੋ ਆ ਅਖਬਾਰ 'ਚ ਲਿਖਿਆ, ਉਹ ਪੋਸਟ ਮੈਨੂੰ ਇਲਜ਼ਾਮ ਜਿਹੜੇ ਲਾ ਰਿਹਾ ਜੇ ਚੰਡੀਗੜ੍ਹ ਦੇ ਵਿੱਚ ਫਲੈਟ ਆ ਜਾਂ ਗੱਡੀਆਂ ਤੁਹਾਡੇ ਕੋਲ, ਚੰਡੀਗੜ੍ਹ ਫਲੈਟ ਜਿਹੜਾ ਉਹ ਸਰਕਾਰ ਨੇ ਸਾਨੂੰ ਦਿੱਤਾ, ਉਹ ਸਾਡੀ ਪੇਟੀ ਤਨਖਾਹ ਕੱਟਣ ਡਿਆ, ਸਰਕਾਰ ਨੇ ਦਿੱਤੇ ਸਾਰੇ MLA, ਮੈਂ ਨਹੀਂ, ਟੋਟਲ MLA ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਸਰਕਾਰ ਨੇ ਦਿੱਤਾ, ਉਹਦੇ ਵਿੱਚ ਜਿਹਦੀ ਨਹੀਂ ਰਹਿਸ਼ ਹੈਗੀ ਉਹਨਾਂ ਨੂੰ ਦਿੱਤੇ, ਉਹ ਕੱਟਣ ਡਿਆ, ਤਨਖਾਹ ਕੱਟਣ ਡਿਆ ਸਾਡੀ। ਫੈਕਟਰੀ ਦਾ ਮਾਮਲਾ ਜੀ, ਫੈਕਟਰੀ ਜਿਹੜੀ ਤੁਹਾਨੂੰ ਦੱਸਿਆ ਇਹ ਮੇਰੇ MLA ਬਣ ਤੋਂ ਪਹਿਲਾਂ ਜੀ ਮੇਰੇ ਦੋਸਤ ਆ ਕਿ ਇਹਨਾਂ ਨੇ ਸਾਂਝੀ ਲਾਈ ਆ, ਔਰ ਉਹ ਲੀਗਲੀ ਆ, ਉਹਦਾ ਲਾਇਸੈਂਸ ਬਣਿਆ ਵਾ, ਉਹਦਾ ਜਿੰਨਾ ਟੈਕਸ ਆ ਜਾਂਦਾ ਵਾ, ਜਿੰਨੀ ਇੱਕ ਟ੍ਰਿਕ ਦੀ ਇੱਕ ਤਾਂ ਟੈਕਸ ਲੱਗਾ, ਉਹ ਟੈਕਸ ਦੇਣ ਪਰ ਕਿਉਂ ਇਹ ਜਿਹੜਾ 17 ਜਾਂ ਬਿਆਨਬਾਜ਼ੀ ਕਰ ਰਿਹਾ, ਕਿਉਂ ਦੇ ਰਿਹਾ? ਤੁਹਾਨੂੰ ਤਾਂ ਮੈਂ ਦੱਸਿਆ ਕਿ ਮੇਰਾ ਇੱਕ ਐਕਸ ਖਰਾਬ ਕਰਨ ਵਾਸਤੇ, ਇੱਕ ਪੋਲੀਟੀਕਲ ਜਿਹੜਾ ਉਹਦਾ ਕੈ ਖਰਾਬ ਕਰਨ ਵਾਸਤੇ ਉਹ ਜਿਹੜਾ ਵਾ ਇਹ ਜਿਹੜੀ ਕਹਾਣੀ ਘੜੀ ਗਈ ਆ, ਗੱਲ ਕਰਨੀ ਕਿਹੜੀ ਪਾਰਟੀ ਨਾਲ ਸੰਬੰਧਿਤ ਹੋਵੇ? 17 ਤਾਰਾ ਤਾਂ ਕਿਸੇ ਪਾਰਟੀ ਨਾਲ ਨਹੀਂ ਗਾ, ਉਹ ਤਾਂ ਵਿਚਾਰਾ ਜਿਹੜੀ ਸਪੋਰਟ ਕਰਦੇ ਉਹ ਕਿਹੜੀ ਪਾਰਟੀ ਦੇ ਨੇ? ਉਹ ਤਾਂ ਕਾਂਗਰਸ ਪਾਰਟੀ ਦੇ ਹੀ, ਉਹ ਕਦੇ ਬਾਹਰੋਂ ਹੋਣੇ, ਅਕਾਲੀਆਂ ਵਿਚਾਰਿਆਂ ਕੀ ਕਰਨੀ, ਉਹ ਕਾਂਗਰਸ ਹੈ, ਉਹ ਤਾਂ ਕਰਦੇ ਨਹੀਂ ਕਰਨਾ। ਦੋ ਫਾੜ ਹੋਈ ਪਈ ਹੈ ਅਜੇ, ਕੋਈ ਗੱਲ ਨਹੀਂ, ਅਜੇ ਤਾਂ ਵੇਖੋ ਇਸ ਤੋਂ ਬਾਅਦ ਰਹਿੰਦੇ ਕੀ ਆ। ਪੁਲਿਸ ਨੂੰ ਦੱਸਿਆ ਇਸ ਬਾਰੇ ਕੰਪਲੇਂਟ ਦਿੱਤੀ ਜੀ ਤੁਸੀਂ? ਦਿੱਤੀ, ਕੰਪਲੇਂਟ ਦਿੱਤੀ ਹੈ, ਕੰਪਲੇਂਟ ਕੱਲ੍ਹ ਦੇ ਕੇ ਕਰਾਇਆ, ਉਹਦੀ ਕਾਰਵਾਈ ਸ਼ੁਰੂ ਕੀਤੀ ਹੈ, ਉਹਦਾ ਰਿਕਾਰਡ ਕਢਾਉਣ ਡਿਆ ਇੱਕ ਅੱਧੇ ਦਿਨ ਦੇ ਵਿੱਚ। MLA ਸਾਹਿਬ ਨਾਲ ਇਸ ਤਰ੍ਹਾਂ ਹੋ ਰਿਹਾ ਜੀ, ਆਮ ਜਨਤਾ ਨਾਲ ਇਸ ਤਰ੍ਹਾਂ ਦਾ ਵਿਹਾਰ ਹੁੰਦਾ ਹੈ ਜੀ? ਵੇਖੋ ਜੀ, ਆਮ ਨਾਲ ਤਾਂ ਕੋਈ ਗੱਲ ਨਹੀਂ, ਹੁਣ ਗੱਲ ਤਾਂ ਖਾਸ ਨਹੀਂ ਹੁੰਦੀ, ਆਮ ਨੂੰ ਵਿਚਾਰੇ ਨੂੰ ਕੀ ਆਖਣਾ, ਆਮ ਕੋ ਕੀ ਲੈਣਾ, ਗੱਲ ਤਾਂ ਇੱਧਰ ਆ ਵੀ ਇਹ ਕਿਉਂ ਲੋਕਾਂ ਦੇ ਵਿੱਚ ਰਹਿੰਦਾ ਵਾ, ਕਿਉਂ ਇਹਦੀ ਜ਼ਿਆਦਾ ਗੱਲ ਆ, ਕਿਉਂ ਲੋਕਾਂ ਨੂੰ ਮੈਂ ਲੀਡਰ ਉਹ ਨਹੀਂ ਚਾਹੁੰਦੇ ਵੀ ਜਿਹੜਾ ਛੋਟਾ ਬੰਦਾ ਉਹ ਭੱਜ ਕੇ ਤਾਂ ਕਿਸੇ ਬੰਦੇ ਨੂੰ ਮਿਲੇ ਜਾਂ ਜ਼ਿਆਦਾ ਬੰਦਿਆਂ ਦੇ ਵਿੱਚ ਹੋ ਜੇ, ਉਹ ਥੱਲੇ ਰਹੇ ਤਾਂ ਚੰਗਾ ਲੱਗਦਾ, ਥੋੜ੍ਹਾ ਜਿਹਾ ਲੋਕਾਂ 'ਚ ਰਹੇ ਤਾਂ। ਮੈਂ ਜੀ ਅਰਜਨਵੀਰ ਸਿੰਘ, ਸਰਪੰਚ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਜਲਾਲਾਬਾਦ ਦਾ ਰਹਿਣ ਵਾਲਾ ਵਾਂ, ਔਰ ਸਾਡੇ ਮਾਣਯੋਗ MLA ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਹਿਬ 'ਤੇ ਜਿਹੜੇ ਇਲਜ਼ਾਮ ਲੱਗੇ ਇਸ ਦੇ ਵਿੱਚ, ਜਿਹੜਾ ਸਾਰਾ ਸਾਡਾ ਬਾਬਾ ਬਖਾੜਾ ਕੌਂਸਟੀਚੁਐਂਸੀ ਆ, ਸਾਰਾ ਬੜੇ ਰੋਸ ਦੇ ਵਿੱਚ ਆ ਵੀ ਕਿਸੇ ਇੱਕ ਪਰਮਜੀਤ ਸਿੰਘ ਸਤਾਰਾ ਨਾਂ ਦੇ ਵਿਅਕਤੀ ਨੇ ਉਹਨਾਂ 'ਤੇ ਜਿਹੜੇ ਚਿੱਕੜ ਛਾਲਿਆ ਵਾ, ਜਿਹੜਾ ਉਹਨਾਂ 'ਤੇ ਇਲਜ਼ਾਮ ਲਾਇਆ ਵਾ, ਉਹਨਾਂ ਦਾ ਆਪਣੇ ਨਿੱਜੀ ਕਾਰੋਬਾਰ ਦੀ ਗੱਲ ਕਰਕੇ, ਚਾਹੇ ਗੱਡੀਆਂ ਦਾ ਹਵਾਲਾ ਦੇ ਕੇ, ਚਾਹੇ ਬੰਗਲੇ ਦਾ ਹਵਾਲਾ ਦੇ ਕੇ, ਉਸ ਦੇ ਨਾਲ MLA ਨੂੰ ਨਹੀਂ ਸਮੁੱਚੇ ਹਲਕੇ ਨੂੰ ਬੜੀ ਠੇਸ ਪਹੁੰਚੀ ਆ। ਉਸ ਵਾਸਤੇ ਉਹਦਾ ਅਸੀਂ ਪ੍ਰਤੀਕਰਮ ਦੇਣ ਵਾਸਤੇ ਅੱਜ ਅਸੀਂ ਤੁਹਾਡੇ ਸਾਹਮਣੇ ਖੜ੍ਹੇ ਹੋਏ ਹਾਂ ਕਿ ਸਾਡੇ ਮਾਣਯੋਗ MLA ਸਾਹਿਬ ਦੇ ਵਿੱਚ ਇਹੋ ਜਿਹੀ ਕੋਈ ਵੀ ਅਸੀਂ ਕਦੀ ਨਹੀਂ ਵੇਖਿਆ ਵੀ ਜਿਹੜਾ ਕਦੀ ਉਹਨਾਂ ਕਿਸੇ ਕੋਲ ਕੋਈ ਪੈਸੇ ਲਏ ਹੋਣ। ਸਾਡੇ ਬਾਬਾ ਬਕਾਲਾ ਹਲਕੇ ਤੋਂ ਜਿੰਨੇ ਸਰਪੰਚ ਬਣੇ ਆ, ਲੋਕਤੰਤਰ ਢੰਗ ਦੇ ਨਾਲ ਇਲੈਕਸ਼ਨ ਹੋਇਆ, ਪਿੰਡਾਂ ਦੇ ਵਿੱਚ ਉਹਨਾਂ ਨੇ ਬਣਾਏ ਆ, ਔਰ ਪਿੰਡਾਂ ਦੇ ਵਿੱਚ ਜਿਹੜੇ ਜ਼ੋਨ ਬਣਾਏ ਗਏ ਆ, ਚਾਹੇ ਪਿੰਡਾਂ ਦੇ ਵਿੱਚ ਪਿੰਡ ਰਿਜ਼ਰਵ ਚਾਹੇ ਜਨਰਲ ਕੀਤੇ ਗਏ ਆ, ਹਲਕੇ ਦੇ ਮੋਹਤਬਾਰ ਬੰਦਿਆਂ ਦੀ ਸਲਾਹ ਦੇ ਨਾਲ ਕੀਤੇ ਗਏ ਆ, ਔਰ ਇੱਕ ਵੀ ਬੰਦਾ ਉੱਤੇ ਨਾਰਾਜ਼ ਨਹੀਂ। ਹਾਂਜੀ, ਆਪਣਾ ਨਾਮ? ਬਲਕਾਰ ਸਿੰਘ ਬਲ, ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਬਕਾ ਸਰਪੰਚ, ਸਾਬਕਾ ਮੈਂ ਬਲਾਕ ਸੰਮਤੀ ਚੇਅਰਮੈਨ ਰਿਹਾ, ਹੁਣ ਮੇਰੀ ਮਿਸਜ ਹੈ ਹਲੇ ਮੌਜੂਦਾ ਰਹੀ ਆ ਬਲਾਕ ਦੇ, ਬਲਾਕ ਸੰਮਤੀ ਚੇਅਰਮੈਨ ਨੇ ਮੇਰੇ ਵੀਰੋ, ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਕਿਸੇ ਦੇ ਕਹਿਣ ਨਾਲ ਕੋਈ ਮਾੜਾ ਨਹੀਂ ਹੋ ਸਕਦਾ, ਨਾ ਉਹ ਚੰਗਾ ਬਣ ਸਕਦਾ, ਸੱਚਾ ਸੁੱਚਾ ਇਨਸਾਨ ਆ। ਜਿਹੜੇ ਵੀ ਇਲਜ਼ਾਮ ਲਾਏ ਨੇ ਉਹ ਤੁਸੀਂ ਵੀ ਜਾ ਕੇ ਚੈੱਕ ਕਰ ਸਕਦੇ ਨੇ, ਇਹਦੇ 'ਚ ਬੜਾ
ਹਿੰਦੁਸਤਾਨ ਦੀਆਂ ਬੜੀਆਂ ਏਜੰਸੀਆਂ ਨੇ ਉਹ ਚੈੱਕ ਕਰ ਸਕਦੀਆਂ ਨੇ। ਜਿਹੜਾ ਟੈਲਾਂ ਬਾਰੇ ਗੱਲ ਸੀ, ਲਾਇਸੈਂਸ ਲਿਆ ਬਕਾਇਦਾ, ਉਹਦੀ GST ਜਿਹੜੀ ਆ ਉਹ ਕੱਟੀ ਜਾਂਦੀ ਆ ਜਦੋਂ ਕਿਸੇ ਨੂੰ ਦਿੰਦੇ ਆ, ਜੋ ਬਿੱਲ ਦੇ ਨਾਲ ਜਾਂਦਾ ਉਹ ਬਿੱਲ ਜੇ ਕਿਸੇ ਨੇ ਭਰਾ ਨੇ ਖੜੀ ਵੀ ਆ ਤਾਂ ਉਹ ਬਲਾਕ ਦੇ ਵਿੱਚ ਵੀ ਜਾਣੇ ਆ। ਸੋ ਮੇਰੇ ਵੀਰੋ ਮਨ ਘੜਤ ਗਾਲਾ ਨੇ, ਇਹ MLA ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਡੀ ਪਹਿਲੀ ਵਾਰਾਂ ਜਦੋਂ ਦਾ ਮੈਂ ਕਾਂਗਰਸ ਪਾਰਟੀ ਨਾਲ, ਮੈਨੂੰ ਵੀ 25 ਸਾਲ ਤੁਰੇ ਨੂੰ ਹੋ ਗਏ, ਸਰਦਾਰ ਜਸਵੀਰ ਸਿੰਘ ਦੇ ਪਹਿਲਾਂ ਚੱਲੇ ਸੀ, ਪਹਿਲੀ ਵਾਰਾਂ ਕਾਂਗਰਸ ਪਾਰਟੀ ਜਿਹੜੀ ਇੱਥੋਂ ਪਾਰਲੀਮੈਂਟ ਬਹੁਮਤ ਨਾਲ ਜਿੱਤੀ ਹੈ।